ਰੂਪਨਗਰ ਦੀ ਅਦਾਲਤ ਨੇ ਪੰਜਾਬ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਨੂੰ ਪੰਜ ਸਾਥੀਆਂ ਸਣੇ ਇੱਕ ਮਾਮਲੇ ਚੋਂ ਬਰੀ ਕਰ ਦਿੱਤਾ। ਇਹ ਮਾਮਲਾ ਦਿਲਪ੍ਰੀਤ ਬਾਬਾ ਅਤੇ ਉਸਦੇ ਪੰਜ ਸਾਥੀਆਂ ਸਮੇਤ 2013 ਦੇ ਵਿੱਚ ਥਾਣਾ ਨੂਰਪੁਰ ਵੇਦੀ ਚ FIR ਨੰਬਰ 113 ਤਹਿਤ ਦਰਜ ਕੀਤਾ ਗਿਆ ਸੀ ਅਤੇ ਸ਼ਿਕਾਇਤਕਰਤਾ ਅਰਵਿੰਦਰ ਸਿੰਘ ਵੱਲੋਂ ਦਿਲਪ੍ਰੀਤ ਤੇ ਉਸਦੇ ਸਾਥੀਆਂ ਤੇ ਦੋਸ਼ ਲਗਾਇਆ ਗਿਆ ਸੀ ਕਿ ਜਦੋਂ ਆਪਣੀ ਫੋਰਚੂਨਰ ਗੱਡੀ ਤੇ ਦਵਾਈ ਲੈਣ ਜਾ ਰਿਹਾ ਸੀ ਤਾਂ ਪਿੱਛੋਂ ਸਾਥੀਆਂ ਨਾਲ ਆਏ ਦਿਲਪ੍ਰੀਤ ਬਾਬਾ ਨੇ ਉਸਤੇ ਅੰਨੇਵਾਹ ਗੋਲੀਆਂ ਚਲਾਈਆਂ ਸਨ। ਇਸ ਗੋਲੀਬਾਰੀ ਵਿੱਚ ਉਸਦਾ ਇੱਕ ਸਾਥੀ ਵੀ ਜ਼ਖਮੀ ਹੋ ਗਿਆ ਸੀ। ਇਸ ਬਾਰੇ ਵਕੀਲ ਦਾ ਕੀ ਕਹਿਣਾ, ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਸਾਡੇ ਕੋਲ ਸ਼੍ਰੀ ਕੁਲ ਮਾਨਯੋਗ ਸ਼੍ਰੀ ਕੁਲਜੀਤਪਾਲ ਸਿੰਘ ਜੀ ਦੀ ਕੋਰਟ ਦੇ ਵਿੱਚ ਅਸਲ ਕੇਸ ਲੱਗਿਆ ਸੀਗਾ, ਜਿਸ ਵਿੱਚ ਕੰਪਲੇਂਟ ਅਜਵਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਗੱਡੀ ਦੇ ਵਿੱਚ ਗੋਲੀ ਚਲਾਈ ਗਈ ਹੈ ਪੰਜ ਮੁਜਰਮਾਂ ਵੱਲੋਂ, ਜਿਨ੍ਹਾਂ ਦਾ ਨਾਮ ਹੈਗਾ ਦਿਲਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਗਗਨਦੀਪ ਸਿੰਘ, ਜਗਤਾਰ ਸਿੰਘ, ਮੁਹੰਮਦ ਸ਼ਕੀਰ। ਇਹਨਾਂ ਵਿੱਚ ਇੱਕ ਬੰਦੇ ਦੀ ਪਹਿਲੇ ਦਾਵਾ ਚੱਲਦੇ ਵਿੱਚ ਡੈਥ ਹੋ ਗਈ ਸੀਗੀ ਅਤੇ ਹੁਣ ਸਾਰੇ ਮਾਨਯੋਗ ਸ਼੍ਰੀ ਕੁਲਜੀਤਪਾਲ ਸਿੰਘ ਦੀ ਕੋਰਟ ਦੇ ਵਿੱਚ ਇਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਅਦਾਲਤ ਨੇ ਸਬੂਤਾਂ ਤੇ ਗਵਾਹਾਂ ਦੀ ਘਾਟ ਕਾਰਨ ਦਿਲਪ੍ਰੀਤ ਬਾਬਾ ਨੂੰ ਸਾਥੀਆਂ ਸਣੇ ਇਸ ਮਾਮਲੇ ਚੋਂ ਬਰੀ ਕਰ ਦਿੱਤਾ। ਦੱਸਣਯੋਗ ਹੈ ਕਿ ਹਾਲੇ ਵੀ ਦਿਲਪ੍ਰੀਤ ਬਾਬਾ ਖਿਲਾਫ ਕਈ ਮਾਮਲੇ ਦਰਜ ਨੇ, ਜਿਸ ਦੇ ਚੱਲਦੇ ਉਸ ਨੂੰ ਰੂਪਨਗਰ ਜੇਲ੍ਹ ਵਿੱਚ ਰੱਖਿਆ ਗਿਆ। ਰੂਪਨਗਰ ਤੋਂ ਲਾਡੀ ਖਾਪੜਾ ਦੀ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।